ਲਗਾਤਾਰ ਵੱਧ ਰਹੇ ਪੈਟਰੋਲ ਤੇ ਡੀਜ਼ਲ ਦੇ ਭਾਅ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ। ਨਾਭਾ ਵਿੱਚ ਵੀ ਕਾਂਗਰਸ ਅਤੇ ਯੂਥ ਕਾਂਗਰਸ ਪਾਰਟੀ ਦੇ ਸਥਾਨਕ ਨੇਤਾਵਾਂ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਮੋਦੀ ਸਰਕਾਰ ਜੀ ਜਦ ਤੋਂ ਬਣੀ ਹੈ ਇਹਨਾਂ ਨੇ ਤੇਲ ਦੀਆਂ ਕੀਮਤਾਂ ਦੇ ਵਿੱਚ ਬਹੁਤ ਵਾਧਾ ਕਰਤਾ। ਹਰੇਕ ਜਿਹੜਾ ਆਮ ਇਨਸਾਨ ਆ ਟੁੱਟਦਾ ਜਾ ਰਿਹਾ ਅਤੇ ਬਿਲਕੁਲ ਕੁਛ ਕੁ ਘਰਾਣਿਆਂ ਦੀ ਸੋਚ ਆ ਬਸ ਵੀ ਅਸੀਂ ਉਹਨਾਂ ਨੂੰ ਇਹ ਸਭ ਕੁਛ ਸੰਭਾ ਦਈਏ ਭਾਰਤ ਦਾ, ਬਾਕੀ ਸਾਰੇ ਦੇਸ਼ ਦਾ ਬੇੜਾ ਗਰਕ ਕਰ ਦਈਏ। ਅਤੇ ਇਹ ਕਿਸਾਨ ਵਿਚਾਰੇ ਇੰਨੇ ਟਾਈਮ ਤੋਂ ਬੈਠੇ ਨੇ, ਕਾਲੇ ਕਾਨੂੰਨ ਵਾਪਸ ਲੈ ਜਾਣ। ਜੇ ਇਹ ਕਾਲੇ ਕਾਨੂੰਨ ਨਹੀਂ ਵਾਪਸ ਲੈਂਦੇ ਅਤੇ ਤੇਲ ਦੀਆਂ ਕੀਮਤਾਂ ਨੂੰ ਨਹੀਂ ਘੱਟ ਕਰਦੇ ਤਾਂ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਸੰਘਰਸ਼ ਜਾਰੀ ਰਹੂਗਾ। ਅਤੇ ਹਜੇ ਅਸੀਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਹਾਂ, ਉਸ ਤੋਂ ਅੱਗੇ ਹੋਰ ਵੀ ਇਹਨੂੰ ਜ਼ਿਆਦਾ ਤੇਜ਼ ਕਰਾਂਗੇ ਅਤੇ ਸੜਕਾਂ 'ਤੇ ਉਤਰਾਂਗੇ। ਨੌਜਵਾਨ ਸੜਕਾਂ 'ਤੇ ਉਤਰੂਗਾ ਅਤੇ ਸਾਰੇ ਵਪਾਰੀ ਵਰਗ ਵੀ ਦੁਖੀ ਆ, ਕਿਸਾਨ ਵੀ ਪੂਰੇ ਦੁਖੀ ਨੇ। ਇਹਨੂੰ ਇਹ ਕੀਮਤਾਂ ਨੂੰ ਘੱਟ ਕਰਨ ਤੇਲ ਦੀਆਂ ਨੂੰ, ਅਤੇ ਕਿਸਾਨੀ ਕਾਲੇ ਕਾਨੂੰਨ ਵਾਪਸ ਲੈਣ, ਨਹੀਂ ਇਹਨੂੰ ਸੰਘਰਸ਼ ਨੂੰ ਹੋਰ ਬਹੁਤ ਜ਼ਿਆਦਾ ਤੇਜ਼ ਕੀਤਾ ਜਾਊਗਾ। ਰੋਸ ਪ੍ਰਦਰਸ਼ਨ ਜਿਹੜਾ ਪੰਪਾਂ ਦੇ ਅੱਗੇ ਕੀਤਾ ਜਾ ਰਿਹਾ, ਮਾਨ ਸਾਹਿਬ ਗੱਲ ਇਹ ਆ, ਮੋਦੀ ਸਰਕਾਰ ਜਦੋਂ ਦੀ ਮੋਦੀ ਸਰਕਾਰ ਬਣੀ ਆ, ਜਿਹੜਾ ਡੀਜ਼ਲ ਆ ਪੈਟਰੋਲ ਆ ਥੋੜ੍ਹਾ ਥੋੜ੍ਹਾ ਵਧਾ ਕੇ ਇਹਨਾਂ ਨੇ ਦੁੱਗਣਾ ਹੋ ਗਿਆ, ਅਤੇ ਟਰਾਂਸਪੋਰਟ ਧੰਦਾ ਜਿਹੜਾ ਉਹ ਵੀ ਖਤਮ ਹੋ ਗਿਆ, ਕਿਉਂਕਿ ਜਿਹੜੇ ਉਹਨਾਂ ਦੇ ਢੋਆ ਢੁਆਈ ਵਾਲੇ ਪਹਾੜੇ ਨੇ ਪਹਾੜੇ ਉਹੀ ਰਹਿ ਗਏ, ਅਤੇ ਜਿਹੜਾ ਡੀਜ਼ਲ ਆ ਦੁੱਗਣਾ ਰੇਟ ਹੋ ਗਿਆ। ਗੱਡੀਆਂ ਵੇਚ ਗਈਆਂ, ਮੈਂ ਤੁਹਾਨੂੰ ਪਤਾ ਹੀ ਆ, ਮੈਂ ਵੀ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ ਕਈ ਸਾਲ, ਗੱਡੀਆਂ ਵੇਚ ਗਈਆਂ। ਬਾਕੀ ਜਿਹੜਾ ਕਿਸਾਨਾਂ ਦਾ ਲੱਕ ਤੋੜਿਆ ਗਿਆ, ਕਿਸਾਨੀ ਜਿਵੇਂ ਆ ਡੀਜ਼ਲ ਦੇ ਉੱਤੇ ਹੀ ਡਿਪੈਂਡ ਕਰਦੀ ਆ, ਟਰੈਕਟਰ ਕਿਸਾਨ ਕੋਲ, ਫਿਰ ਆ ਜਨਰੇਟਰ ਕਿਸਾਨ ਕੋਲ, ਡੀਜ਼ਲ ਇੰਨਾ ਮਹਿੰਗਾ ਹੋ ਗਿਆ ਕਿ ਖੇਤੀ ਕਰਨੀ ਵੀ ਔਖੀ ਹੋ ਗਈ। ਖੇਤੀ ਕੀ ਕਰਨ, ਤੁਸੀਂ ਦੇਖਿਆ 4-5 ਲੱਖ ਕਿਸਾਨ ਉੱਥੇ ਕਿੰਨੇ ਚਿਰ ਦਾ ਰੁਲ ਰਿਹਾ। ਮੋਦੀ ਨੇ ਕਿਸਾਨਾਂ ਦਾ ਵਿਹੜਾ ਬਿਠਾ ਕੇ ਰੱਖਤਾ ਖਤਮ ਕਰਨ, ਪਰ ਇਹ ਕਿਸਾਨ ਖਤਮ ਨਹੀਂ ਹੁੰਦਾ, ਮੋਦੀ ਤੈਨੂੰ ਖਤਮ ਕਰ ਦੇਣਗੇ। ਪਰ ਜਿਹੜੇ ਹੁਣ ਇੱਕ ਕੰਮ ਕਰਦੇ ਸੀ, ਇਹ ਹੁਣ ਉਹ ਵੀ ਨਹੀਂ ਹੁੰਦਾ ਹੈਗਾ, ਜਾਂ ਤਾਂ ਪੈਟਰੋਲ ਪਾਓ ਜਾਂ ਰੋਟੀ ਖਾਓ, ਉਹ ਕੰਮ ਹੋਇਆ ਪਿਆ। ਬੰਦੇ ਨੇ ਇੱਧਰ ਉੱਧਰ ਜਾਣਾ ਤਾਂ ਕੀ ਕਰੂਗਾ, ਜਾਣ ਮਹਿੰਗਾਈ ਜੇਬ 'ਤੇ ਮਾਰ ਪੈ ਰਹੀ ਹੈ, ਬਹੁਤ ਬੁਰਾ ਹਾਲ ਹੈ। ਇਹ ਗੌਰਮੈਂਟ ਨੂੰ ਸੋਚਣਾ ਚਾਹੀਦਾ, ਕੁਛ ਤਾਂ ਸੋਚੇ, ਕੋਈ ਹੱਲ ਕਰੇ, ਗਰੀਬਾਂ ਕਰ ਨਹੀਂ ਦੇਖੇ। ਭਾਜੀ ਸਰਕਾਰ ਨੂੰ ਕੀ ਕਹਿਣਾ ਚਾਹੀਦਾ, ਮੈਸੇਜ ਦੇਣਾ ਚਾਹੁੰਦਾ? ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਜੀ, ਮਾੜਾ ਜਿਹਾ ਆਪਣੇ ਮਹਿਲਾਂ 'ਚੋਂ ਨਿਕਲੇ, ਨੀਚੇ ਆਵੇ, ਆਮ ਪਬਲਿਕ ਕੋਲ ਆਵੇ। ਲਗਭਗ ਇੱਕ ਵਾਰੀ ਵੀ ਮੋਦੀ ਆਪਣੇ ਪੰਜਾਬ 'ਚ ਮੈਨੂੰ ਤਾਂ ਦਿਖਾਣੀਗਾ ਵੀ ਆਇਆ ਹੋਇਆ, ਉਹ ਉਰੇ ਆਵੇ ਦੇਖੇ। ਤੇਲ ਦੀਆਂ ਕੀਮਤਾਂ ਵਧਦੀਆਂ, ਲਗਾਤਾਰ ਵਧਦੀਆਂ ਜਾ ਰਹੀਆਂ, ਲੋਕਡਾਊਨ ਤੋਂ ਬਾਅਦ ਪਿਛਲੇ ਸਾਲ ਦੀਆਂ ਲਗਾਤਾਰ ਵੱਧ ਰਹੀਆਂ ਨੇ। ਅੱਜ 100 ਰੁਪਇਆ ਹੋ ਗਿਆ, ਹੁਣ ਗੌਰਮੈਂਟ ਸ਼ਹਿਰ ਵਾਸੀ ਹੋਏ ਮੰਨਦੇ ਹੋ ਵੀ ਸਬਸਿਡੀ ਵੀ ਖਤਮ ਕਰਤੀ? ਸਾਰਾ ਕੁਝ ਖਤਮ ਕਰ ਰੱਖਿਆ ਜੀ, ਸਿਲੰਡਰਾਂ ਦੇ ਖਤਮ ਕਰਤੀ, 1000 ਰੁਪਏ ਸਿਲੰਡਰ ਹੋਣ ਨੂੰ ਤਿਆਰ ਹੋਇਆ ਪਿਆ, ਉਹਦਾ ਕੀ ਕਹਿ ਸਕਦੇ ਹੁਣ? ਰੋਟੀ ਖਾਣੀ, ਤਾਂ ਹੀ ਤਾਂ ਮੈਂ ਪਹਿਲਾਂ ਕਿਹਾ ਰੋਟੀ ਖਾਣੀ ਵੀ ਦੁੱਬਰ ਕਰੀ ਪਈ ਹੈ, ਬਸ ਗਰੀਬ ਬੰਦਾ ਕਰੇ ਤਾਂ ਕੀ ਕਰੇ, ਕੋਈ ਸਮਝ ਨਹੀਂ ਆ ਰਿਹਾ। ਇਹ ਮੋਦੀ ਸਰਕਾਰ ਨੇ ਤਾਂ ਨਾ ਗਰੀਬਾਂ ਦਾ ਬਹੁਤ ਬੁਰਾ ਹਾਲ ਕਰਤਾ। ਸਾਡੇ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਤੇ ਵੀ ਜਿਹੜਾ ਛੜਾ ਬੰਦਾ ਹੁੰਦਾ ਨਾ, ਉਹਦੀ ਕੋਈ ਕੀਮਤ ਨਹੀਂ ਹੁੰਦੀ, ਇਹਨੂੰ ਪਤਾ ਹੀ ਨਹੀਂ ਕਾਸੇ ਬਾਰੇ। ਜਿਹਨੂੰ ਜੁੱਲੀ ਰੋਟੀ ਦਾ ਹੀ ਨਹੀਂ ਪਤਾ ਜੀ, ਉਹ ਕੀ ਸੋਚੂਗਾ? ਜ਼ਿਮੀਂਦਾਰ ਉੱਥੇ ਰੁੜ ਰਿਹਾ, ਬੁਢੇਪਾ ਉੱਥੇ ਰੁੜ ਰਿਹਾ ਸਾਡਾ। ਤੇਲ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ, ਜਿਹਨੂੰ ਬਿਲਕੁਲ ਪਤਾ ਹੀ ਨਹੀਂ ਇਸ ਗੱਲ ਦਾ। ਇਹ ਅਮੀਰ ਘਰਾਣਿਆਂ ਨੂੰ ਦੇਖੀ ਜਾਂਦਾ, ਉਹਨਾਂ ਨੂੰ ਪੂਜੀ ਜਾਂਦਾ, ਉਹਨਾਂ ਦਾ ਬਣਿਆ ਬੈਠਾ ਜੀ। ਇਹ ਸਾਡੀ ਕਾਂਗਰਸ ਪਾਰਟੀ ਇਹਦਾ ਫੁੱਲ ਜ਼ੋਰ ਵਿਰੋਧ ਕਰ ਰਹੀ ਹੈ ਜੀ। ਆਵਾਜ਼ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।